ਐ ਚੈੱਕ ਕਰ ਲਓ ਮਾਸ਼ਾਅੱਲਾ ਭਾਈ ਕਾ ਸਭ ਚੋਣ ਵਿੱਚ ਹੋ ਗਿਆ ਠੀਕ ਹੈ ਖੁੱਲੀ ਧਾਰ ਮੋਟੀ ਹੋਏ ਜੀ ਬਿਹਤਰ ਹੋ ਗਿਆ ਠੀਕ ਹੈ ਵੇਖ ਲਓ ਬੱਚਾ ਕੋ ਅਸਲਾਮ ਅਲੈਕੁਮ ਸਜਣੋ ਤੇ ਬੇਲੀਓ ਉਮੀਦ ਕਰਨਾ ਕਿ ਸਾਰੇ ਦੋਸਤ ਅਹਿਬਾਬ ਅੱਲਾਹ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦੇ ਅੱਜ ਦਿਨ ਜੀ ਬੁੱਧ ਦਾ ਤੇ ਇਸ ਟਾਈਮ ਸਿਆਲਕੋਟ ਦੇ ਮਸ਼ਹੂਰ ਬਾਇਤਮਾਦ ਨਾਮਵਰ ਤੇ ਮਾਸ਼ਾਅੱਲਾ ਜੀ ਸੱਚੇ ਤੇ ਖਰੇ ਵਪਾਰੀ ਚੌਧਰੀ ਮੋਹਸਨ ਸਾਹਿਬ ਦੇ ਡੇਰੇ ਤੇ ਮੌਜੂਦ ਹਾਂ ਤੇ ਮਾਸ਼ਾਅੱਲਾ ਜੀ ਭਾਈ ਮੋਹਸਨ ਸਾਹਿਬ ਨੇ ਦਿਲ ਖੁਸ਼ ਕੀਤਾ ਮਿਹਨਤ ਕਰਕੇ ਦੋਸਤਾਂ ਵਾਸਤੇ 6 ਖੂਬਸੂਰਤ ਅਸਲੀ ਤੇ ਨਸਲੀ ਮੁਨਾਸਬ ਕੀਮਤ ਵਾਲੀਆਂ ਗਾਵਾਂ ਲੈ ਕੇ ਆਏ ਨੇ ਜਿਨ੍ਹਾਂ 'ਚ ਮਾਸ਼ਾਅੱਲਾ ਜੀ 5 ਖੂਬਸੂਰਤ ਨਸਲੀ ਖਾਂਗੜ ਗਾਵਾਂ ਵੀ ਮੌਜੂਦ ਨੇ ਕਮ ਅਜ਼ ਕਮ ਕੀਮਤ ਹੈ ਜੀ 1,45,000 ਸਾਰੇ ਜਾਨਵਰਾਂ ਦੀ ਤਸੱਲੀ ਕਰਾਉਂਦੇ ਹਾਂ ਅਤੇ ਉਹਨਾਂ ਦਾ ਜਿਹੜਾ ਪਿਆਰ ਮੁਹੱਬਤ ਵਾਲਾ ਜਾਇਜ਼ ਮੁਨਾਸਬ ਰੇਟ ਹੈ ਉਹ ਵੀ ਮਲੂਮ ਕਰਨੇ ਆ ਭਾਈ ਮੋਹਸਨ ਸਾਹਿਬ ਆਓ ਜੀ ਸਾਹਮਣੇ ਜੀ ਅਸਲਾਮ ਅਲੈਕੁਮ ਵਾਲੇਕੁਮ ਅਸਲਾਮ ਫਰਾਜ਼ ਭਾਈ ਕੀ ਹਾਲ ਹੈ ਠੀਕ ਜੀ ਅੱਲਾਹ ਪਾਕ ਦਾ ਬੜਾ ਸ਼ੁਕਰ ਉਹਦੀ ਜ਼ਾਤ ਦਾ ਬੜਾ ਕਰਮ ਹੈ ਭਾਈ ਮੋਹਸਨ ਤੁਸੀਂ ਸੁਣਾਓ ਠੀਕ ਹੋ ਸਭ ਹੈਰੀਅਤ ਅਲਹਮਦੁਲਿਲਾਹ ਅੱਲਾਹ ਪਾਕ ਦਾ ਬੜਾ ਅਹਿਸਾਨ ਹੈ ਫਰਾਜ਼ ਭਾਈ ਅੱਜ ਤਾਂ ਮਾਸ਼ਾਅੱਲਾ ਜੀ ਖੜਾ ਕੀ ਕੀਤਾ ਕਾਫੀ ਦੋਸਤ ਕਹਿੰਦੇ ਨੇ ਕਿ ਜਿਹੜੀ ਖਾਂਗੜ ਗਾਂ ਜਾਂ ਮੱਝ ਉਹਦਾ ਸ਼ੁਕਰ ਆ ਉਹ ਤੇ ਅੱਜ ਟੋਟਲ 6 ਜਾਨਵਰ ਨੇ ਜਿਨ੍ਹਾਂ 'ਚ 5 ਮਾਸ਼ਾਅੱਲਾ ਜੀ ਖਾਂਗੜ ਨੇ ਆਲਰੇਡੀ ਸਾਰੇ ਦੋਸਤ ਜਨਾਬ ਦੇ ਨਾਮ ਤੋਂ ਜਨਾਬ ਦੇ ਕੰਮ ਤੋਂ ਵਾਕਫ ਨੇ ਦੋਸਤਾਂ ਨੂੰ ਫੇਰ ਆਪਣਾ ਤੇ ਆਪਣੇ ਡੇਰੇ ਦਾ ਵੀ ਮੁਕੰਮਲ ਤਾਰਫ ਕਰਵਾ ਰਾਜ ਭਾਈ ਖਾਂਗੜ ਦੀ ਸਰਵਿਸ ਦਾ ਡਿਮਾਂਡ ਬਹੁਤ ਜ਼ਿਆਦਾ ਹੈ ਇਸ ਵਾਰ ਦੋ ਖਾਂਗੜ ਪਾਈਆਂ ਹਨ ਤੇ ਕਾਲਾ ਸੁਣ ਸੁਣ ਕੇ ਕਹਿ ਲੋਕ ਥੱਕ ਗਏ ਆ ਤੇ ਇਸ ਵਾਰ ਕੋਸ਼ਿਸ਼ ਕਰਕੇ ਮਾਲ ਟੋਟਲ ਖਾਂਗੜ ਹੀ ਲਿਆਂਦਾ ਹੈ ਇੱਕ ਛੋਟੀ ਖਾਂਗੜ ਕੱਲ੍ਹ ਪੰਜਾਬ ਵਿੱਚ ਹੀ ਇੱਕ ਵੈੜੀ ਕੱਲ੍ਹ ਅਤੇ ਗੁਜਰਾਤ ਕੇ ਹੀ ਘੜੀਆਂ ਵਾਲੇ ਅਤੇ ਖਾਂਗੜੀ ਦਾ ਜ਼ਿਆਦਾ ਮਾਲ ਹੁਣ ਇਨਸ਼ਾਅੱਲਾ ਲਿਆਂਦਾ ਭਰਾਵਾਂ ਜੀ ਬਹੁਤ ਜ਼ੋਰ ਫਿਰ ਡਿਮਾਂਡ ਦੇ ਉੱਤੇ ਅਤੇ ਅੱਗੋਂ ਜਾ ਕੇ ਸੋ ਜਾਂ ਨਸੀਬ ਦੇ ਸੋਚਦੇ ਨੇ ਆਪਣੇ ਆਪਣੇ ਚੰਗੀਆਂ ਕਰਕੇ ਲਿਆਂਦੀਆਂ ਨੇ ਇਹ ਇੱਕ ਜਾਨਵਰ ਹੈ ਨਸਲੀ ਨੇ ਸਾਲ ਦੋ ਤੋਂ ਭਰਾ ਹੁਣ ਰੱਖਦਾ ਸਾਂਭੇਗਾ ਅਤੇ ਡਬਲ ਤੋਂ ਟ੍ਰਿਪਲ ਪੈਸੇ ਇਨਸ਼ਾਅੱਲਾ ਹੋਣਗੇ ਭਾਈ ਹਰ ਚੀਜ਼ ਨਸਲੀ ਹੋਏ ਨਾ ਅਤੇ ਉਹਦੀ ਬਾਅਦ ਵੀ ਗਾਹਕੀ ਧੂਣ ਵੀ ਗਾਹਕੀ ਬੇ ਨਸਲੀਆਂ ਤਾਂ ਮੈਂ 20 ਲੈ ਕੇ ਪਾਉਣ ਦਾ ਉਹਦਾ ਕੋਈ ਮਕਸਦ ਹੀ ਨਹੀਂ ਹੈ ਸਮਝੋ ਕਿ ਆਪਾਂ ਪੱਠੇ ਹੀ ਪਾ ਕੇ ਅਤੇ ਆਪਣੀ ਮਿਹਨਤ ਜ਼ਾਇਆ ਕਰਨੀ ਜਿੰਨੇ ਦੀ ਹੋਣੇ ਦੀ ਬਾਅਦ ਚੋਂ ਇਹ ਹੁਣ ਜਿੰਨੇ ਦੀ ਹੈ ਤੂੰ ਕਮ ਅਜ਼ ਕਮ ਡਬਲ ਤੇ ਆਈ ਹੈ ਕਮ ਅਜ਼ ਕਮ ਇਨਸ਼ਾਅੱਲਾ ਇਨਸ਼ਾਅੱਲਾ ਅੱਛੀ ਸੇਵਾ ਕਰਾਂਗੇ ਤਾਂ ਫਿਰ ਟ੍ਰਿਪਲ ਵੀ ਹੋ ਜਾਂਦੇ ਨੇ ਅਤੇ ਡੇਰਾ ਜੋ ਮੋਹਸਨ ਸਾਹਿਬ ਦਾ ਪਿੰਡ ਘੁੱਬੇ ਚੱਕ ਤਸੀਂ ਰੋਜ਼ਾ ਸਿਆਲਕੋਟ ਬਿਲਕੁਲ ਮੇਨ ਰੋਡ ਉੱਤੇ ਦੇ ਜਾਣਾ ਜੀ ਮੇਨ ਰੋਡ ਉੱਤੇ ਡੇਰਾ ਵਾਕਿਆ ਸਿਆਲਕੋਟ ਤੋਂ ਸੈਦਪੁਰ ਰੋਡ ਆ ਰਿਹਾ ਮਜ਼ੀਦ ਭਾਈ ਦੇ ਨੰਬਰ ਸਕਰੀਨ ਤੇ ਆ ਰਹੇ ਨੇ ਕਰਾਈਏ ਸ਼ੋਕ ਜਾਨਵਰ ਖਾਂਗੜ ਲਓ ਜੀ ਭਾਵੇਂ ਤਾਜ਼ਾ ਲਈਏ ਨਸਲ ਕਦੀ ਪਿਆੜੀ ਨਹੀਂ ਲਈ ਜਾ ਕੇ ਕੋਈ ਚੀਜ਼ ਜੀ ਜਾਨਵਰ ਖੜੇ ਸਾਂਭੇ ਮੈਨੂੰ ਕੋਈ ਫਾਇਦਾ ਜੋ ਨਸਲ ਦੇ ਵਿੱਚ ਫਾਇਦਾ ਹੈ ਬੇਨਸਲ ਦੇ ਵਿੱਚ ਫਾਇਦਾ ਜੀ ਬਿਹਤਰ ਹੋ ਗਿਆ ਮਾਸ਼ਾਅੱਲਾ ਜੀ 62 ਨੰਬਰ 1 ਆ ਗਈ ਹੈ ਵੀ ਚੁੰਗੀ ਇਹ ਚਿਹਰਾ ਦੋਸਤਾਂ ਵੇਖ ਲੈਣਾ ਭਾਈ ਸ਼ਮਸ ਢੋਰੇ ਜ਼ਰਾ ਸਕੂਨ ਨਾਲ ਈਜ਼ੀ ਹੋ ਕੇ ਵੀਡੀਓ ਬਣਾਉਣੀ ਹੈ ਮਾਸ਼ਾਅੱਲਾ ਜੀ ਲਓ ਦੋਸਤੋ ਨੰਬਰ 1 ਤੇ ਆ ਗਈ ਹੈ ਖਾਂਗੜੇ ਕਾਲੇ ਥਾਨ ਨੇ ਲਿਬਾਸ ਵੀ ਦੋਸਤਾਂ ਚੈੱਕ ਕਰਾ ਦਿੰਦੇ ਆ ਕਿਨਵਾ ਸੁਆ ਵੇ ਭਾਈ ਮਸਨ ਦਾ 6 ਦੰਦੇ ਪਹਿਲਾਂ ਨੇ ਹੈ ਵੀ ਨਸਲੀਏ ਪਿਆਰੇ ਭਾਈ ਇੱਥੇ ਜ਼ਰਾ ਸਿੱਧੀ ਕਰਨੀ ਹੈ ਦੁੱਧ ਕਿੰਨਾ ਕੇ ਭਾਈ ਮਸਨ ਦੇ ਦੋ ਦੁੱਧ ਦੇ ਕੋਲ 4 ਕਿਲੋ ਤੋਂ ਉੱਤੇ ਹੀ ਅੱਛਾ ਸਾਡੀ ਗਫਲਤ ਕਹਿ ਲਓ ਜਾਂ ਤੂੰ ਕੋਈ ਤੁਹਾਨੂੰ ਪਤਾ ਜੋ ਵਜ੍ਹਾ ਹੋਈ ਇਸ ਤੋਂ ਬਾਅਦ ਮੌਕੇ ਦੁੱਧ ਵੈੜੀ ਕੋਲ 3 ਕਿਲੋ ਹੈ 3 ਕਿਲੋ ਹੁਣ ਮੌਜੂਦ ਆ 2-4 ਦਿਨ ਹੱਥ ਪਲਾਸੀ ਮਾਰ ਕੇ ਚਲੋ ਤੁਹਾਨੂੰ ਇਨਸ਼ਾਅੱਲਾ ਫਿਰ ਵਧਾਈਏ ਠੀਕ ਹੈ 2 ਤਰੀਕ ਦੀ ਬਣੀ ਹੈ ਉਹ ਸਾਹਮਣੇ ਬੈਠਾ ਚੌਧਰੀ ਬੂਟਾ ਜੀ ਜੀ ਅੱਲਾ ਇਤਫਾਕ ਹੀ ਤੁਹਾਡੇ ਸਾਹਮਣੇ ਹੋਣੀ ਆਇਆ ਠੀਕ ਹੈ ਅੱਜ ਇਹ ਕੋਈ ਵੈੜੀ ਲਈ ਬਿਲਕੁਲ ਜੀ ਈਜ਼ੀ ਮੋਲ ਸੁਬਾ ਪਹਿਲਾਂ ਸੂਈ ਏ ਛਿੱਗੀ ਏ ਦੁੱਧ ਹੁਣ 3 ਕਿਲੋ ਵੇ ਦੋਵਾਂ ਟਾਈਮਾਂ ਦਾ ਟੋਟਲ ਕਾਲੇ ਥਾਨੇ ਹੈ ਵੀ ਸੀਲ ਸ਼ਰੀਫ ਏ ਇਹ ਚੈੱਕ ਕਰੋ ਮਾਸ਼ਾਅੱਲਾ ਜੀ ਰੰਗਤ ਵੀ ਸਫੇਦ ਏ
ਤੇ ਪਿਛਲੇ ਮਹੀਨੇ ਯਾਨੀ ਕਿ 9ਵੇਂ ਮਹੀਨੇ ਦੀ 2 ਤਰੀਕ ਨੂੰ ਕ੍ਰਾਸ ਹੋਈ ਹੈ ਤੇ ਅੱਜ ਤਰੀਕ ਹੈ 11 ਠੀਕ ਹੈ ਕਨਫਰਮ ਯਾਨੀ ਕਿ ਇੱਕ ਮਹੀਨਾ ਕੋਈ 9-10 ਦਿਨ ਹੋ ਗਏ ਨੇ ਠੀਕ ਹੈ ਚਿਹਰਾ ਵੀ ਦੋਸਤਾਂ ਵੇਖ ਲੈਣਾ ਮਾਸ਼ਾਅੱਲਾ ਜੀ ਹੈ ਵੀ ਚੁੰਗੀ ਹੈ ਕੀ ਨਸਲ ਹੈ ਭਾਈ ਮਸਲ ਹੈ ਟੋਰੇ ਭਾਈ ਜਾਨ ਲੰਮੀ ਟੋਰੋ ਜ਼ਰਾ ਜਰਸੀ ਤੇ ਚੁਲਸਤਾਨੀ ਕ੍ਰਾਸ ਹੈ ਦੁੱਧ ਅੱਗੇ 4 ਕਿਲੋ ਸੀ ਹੁਣ ਮੌਜੂਦਾ ਦੇ ਕੋਲ 3 ਕਿਲੋ ਵੇ ਸਾਂਭ ਬੱਚੀ ਹੋਈ ਤੇ ਇਨਸ਼ਾਅੱਲਾ ਮਜ਼ੀਦ ਇਜ਼ਾਫਾ ਹੋ ਸਕਦਾ ਹੈ ਠੀਕ ਹੈ ਭਾਈ ਲੈ ਚਲੋ ਆਓ ਭਾਈ ਮਸਨ ਵੈਡ ਨੰਬਰ 1 ਦਾ ਰੇਟ ਲਾਓ ਜੀ ਭਾਈ ਸਾਹਿਬ ਬੜੀ ਕਿਸੇ ਭਰਾ ਚੰਗੀ ਲੱਗੀ ਹਾਂ ਨਾ 1,45,000 ਰੁਪਏ 1,45,000 ਫਾਈਨਲ ਫਾਈਨਲ ਛਿੱਗੀ ਮੂੰਹ ਦੀ ਇਹ ਜਰਸੀ ਕ੍ਰਾਸ ਵਾਲੀ ਬਿਲਕੁਲ ਜੀ ਛੋਟੀ ਛੋਟੀ ਬੱਚੀਆਂ ਭਾਈ ਫਾਇਦਾ ਸਾਹਿਬ 70,000 ਜਾਵੇਗੀ ਲੱਖ ਦੇ ਅੱਗੇ ਪਿੱਛੇ ਜੀ ਦੁੱਧ ਵੀ ਥੱਲੇ ਕ੍ਰਾਸ ਵੀ 2 ਤਰੀਕ ਜੇ ਕੋਈ ਨਿਕਲ ਆਇਆ ਕਿਸੇ ਨਾ ਕਿਸੇ ਨਸੀਬ ਨੇ ਕੋਈ ਬੂਟਾ ਸਾਹਿਬ ਬੈਠੇ ਉਹਨੇ ਆ ਕੇ ਦੋ ਜੀ ਕਨਫਰਮ ਬਣੀ ਪਰ ਤਾਂਵੇਂ ਸਵਾਦ ਨੇ ਬਾਅਦ ਫੁੱਟ ਵੀ ਮਾਰਿਆ ਲੈ ਗੁਣ ਨਿਕਲ ਲੈ ਨਹੀਂ ਨਿਕਲ ਮੈਂ ਗਾਰੰਟੀ ਨਹੀਂ ਦੇਣੀ ਉਹਦੇ ਕੋਲ ਕਨਫਰਮ ਕਰ ਜੀ ਬਿਹਤਰ ਹੋ ਗਿਆ ਅੱਗੇ ਭਾਈ ਲਓ ਜੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 2 ਤੇ ਆ ਗਈ ਭਾਈ ਇੱਥੇ ਖਿਲਾ ਰਹੋ ਆਪੀ ਪਰਲੀ ਸਾਈਡ ਤੇ ਹਾਂ ਕਾਲੇ ਥਣ ਲੱਗੇ ਨੇ ਥਾਣਾ ਦੀ ਵੰਡ ਵੀ ਦੋਸਤਾ ਰਲਾਮ ਵਹਾਣੇ ਰਵੇਲ ਕਾਫੀ ਹੈ ਮਾਸ਼ਾਅੱਲਾ ਜੀ ਇਹ ਵੀ ਖਾਂਗੜ ਹੈ ਜੀ ਕੱਦ ਪੂਰਾ ਪੂਰਾ ਅੱਛਾ ਤੇ ਰਵੇਲ ਚੰਗੀ ਲੰਮੀ ਠੀਕ ਹੈ ਵਹਾਣੇ ਖਾਂਗੜ ਨਹੀਂ ਆ ਬੱਚਾ ਮਗਰ ਹੈ ਠੀਕ ਹੈ ਭਾਈ ਲੈ ਚਲੋ ਜ਼ਰਾ ਟੁਰ ਮਾਸ਼ਾਅੱਲਾ ਇਧਰ ਕਿਨਵਾਸ ਵਾਸ ਹੋਈ ਹੈ ਜੀ ਸਭ ਕਹਿੰਦੇ ਤੇ ਪਹਿਲਨ ਹਾਂ ਜੀ ਠੀਕ ਹੈ ਕਿੰਨੇ ਦੰਦੇ ਚੱਕ ਕੀਤੇ ਨੇ ਜਵਾਨ ਠੀਕ ਹੈ ਜਵਾਨ ਇਸ ਮਾਲਕਾਂ ਦੇ ਮੁਤਾਬਕ ਸੂਆ ਪਹਿਲਾ ਵੇ ਅੱਗੂ ਦੋਸਤ ਦੂਸਰਾ ਵੀ ਸਮਝ ਲੈਣ ਤੇ ਕੋਈ ਗੱਲ ਨਹੀਂ ਕਿਦੋਂ ਦੀ ਸੂਈ ਹੈ ਬਾਈ ਜਾ ਤੇ ਲਿਆਓ ਜ਼ਰਾ 2 ਮਹੀਨੇ ਹਲੇ ਹੋਈ ਠੀਕ ਹੈ ਤਕਰੀਬਨ 2 ਮਹੀਨੇ ਹੋ ਗਏ ਨੇ ਰਵੇਲ ਕਾਫੀ ਮਾਸ਼ਾਅੱਲਾ ਜੀ ਲਿਬਾਸ ਦੋਸਤਾਂ ਨੂੰ ਫੇਰ ਚੈੱਕ ਕਰਾ ਦਿੰਨੇ ਆ ਕਾਲੇ ਥਣ ਨੇ ਇਹ ਪਿੱਛੇ ਦੇ ਬੱਚਾ ਜਾ ਵੀ ਦੋਸਤਾਂ ਵੇਖ ਲੈਣਾ ਮਾਸ਼ਾਅੱਲਾ ਜੀ ਤੇ ਦੁੱਧ ਕਿੰਨਾ ਕਿ ਬਾਈ ਮਸਲਾ ਦੇ ਸਾਹਿਬ ਇਹਦੇ ਕੋਲ 6-7 ਦੀ ਗਾਰੰਟੀ ਦੇਵਾਂਗੇ ਇਨਸ਼ਾਅੱਲਾ ਟੋਟਲ ਬੱਚੇ ਸਮੇਤ ਹੀ ਹਾਂ ਮੈਂ ਸਾਥ ਲੈ ਮੈਂ ਠੀਕ ਹੈ ਬਾਈ ਖਿਲਾ ਰਿਹਾ ਜ਼ਰਾ ਭਾਈ ਫਰਾਜ਼ ਸਾਹਿਬ ਇੱਕ ਤਾਂ ਥੋੜੀ ਜਿਹੀ ਹੋਰ ਛੋਟੀ ਜਿਹੀ ਕਰਨੀ ਹੈ ਇਹਨੂੰ ਮੈਂ ਲਿਆ 4 ਦਵਾਈਆਂ ਅੱਜ ਕੀਤੀਆਂ ਨੇ ਮੇਰੇ ਘਰੋਂ ਕੈਮਰਾ ਠੀਕ ਹੈ 4 ਦਵਾਈਆਂ ਮੈਂ ਕੀਤੀਆਂ ਨੇ 3 ਬਿਲਕੁਲ ਸਹੀ ਖਲੋ ਕੇ ਮਾਸਾ ਵੀ ਨਹੀਂ ਇੱਕ ਤੇ ਇਹਨੇ ਹਿਲਦੀ ਜੁਲਦੀ ਕੀਤੀ ਯਾਨੀ ਕਿ ਤੰਗ ਕਿੱਦਾਂ ਚੋਣ ਲੱਗਿਆ ਮੈਂ ਤਾਂ ਦੱਸਦਾ ਪਿਆ ਕਿਸੇ ਦੇ ਘਰ ਜਾਏ ਕੋਈ ਹਿਲਜੁਲ ਕਰੇ ਤਾਂ ਉਹਦਾ ਮੈਂ ਲਾਮਾ ਨਹੀਂ ਲੈਣਾ ਠੀਕ ਹੈ 4 ਦਵਾਈਆਂ ਕੀਤੀਆਂ ਨੇ 1 ਚ ਇਹਨੇ ਹਿਲੀ ਹਰਕਤ ਕੀਤੀ ਹੋ ਸਕਦਾ ਬਾਅਦ 'ਚ ਫਿਰ ਕਰੇ ਜਾਂ ਹੁਣ ਨਾ ਕਰੇ ਮੈਂ ਦੱਸਦਾ ਮੈਂ 4 ਕੀਤੇ ਚੋਂ ਚੋਂ 1 ਚ ਇਹਨੇ ਨਹੀਂ ਕੁਛ ਆਇਆ ਮੈਂ ਅੱਜ 2,50,000 ਸੌਖੇ ਹੋ ਗਏ ਪਰ ਹਲੀ ਜੁਲੀ ਜ਼ਰੂਰ ਮੈਂ ਕਹਿ ਰਿਹਾ ਸੀਲ ਹੈ ਬੱਚੀ ਬੁੱਢੇ ਜਿਸਮ ਮਰਦੇ ਜੋ ਬੰਨੇ ਥੋੜ੍ਹਾ ਬਹੁਤਾ ਮਸਲਾ ਕਰ ਲੈਣਾ ਮੈਂ ਰਵੇਲ ਦੀ ਕਾਫੀ ਹੈ ਕਾਲੇ ਥਣ ਨੇ ਕੱਲਾ ਕੱਲਾ ਥਣ ਲੱਗਾ ਜੇ ਭਾਈ ਫਰਾਜ਼ ਸਾਹਿਬ ਘੱਟ ਗਾਵਾਂ ਜੇ ਇਹੋ ਜਿਹੀ ਚੋਣ ਜੀ ਬਿਹਤਰ ਹੋ ਗਿਆ ਠੀਕ ਹੈ ਭਾਈ ਸ਼ਮਸ ਟੋਰੋ ਜੀ ਕੀ ਨਸਲ ਹੈ ਭਾਈ ਮਸਲ ਦੀ ਭਾਈ ਫਰਾਜ਼ ਸਾਹਿਬ ਸਾਈਵਾਲ ਦੇ ਵਿੱਚ ਥੋੜ੍ਹਾ ਬਹੁਤਾ ਫਰੀਜ਼ੀਅਨ ਦਾ ਕ੍ਰਾਸ ਹੋਣਾ ਫਰੀਜ਼ੀਅਨ ਤੇ ਸਾਈਵਾਲ ਕ੍ਰਾਸ ਹੈ ਭਾਈ ਫਰਾਜ਼ ਜੀ ਸਾਹਮਣੇ ਪੂਰੀ ਪੂਰੀ ਲਾਮ ਚੰਗੀ ਹੈ ਤੇ ਲਿਬਾਸ ਮਾਸ਼ਾਅੱਲਾ ਚੱਕ ਜਰਸੀ ਦਾ ਟੱਚ ਹੈ ਨਹੀਂ ਜੀ ਕਿਉਂਕਿ ਧੁੰਨੀ ਤੇ ਨਹੀਂ ਹੈ ਨਹੀਂ ਤੇ ਧੁੰਨੀ ਆ ਨਹੀਂ ਹਾਸ ਕੋਈ ਨਹੀਂ ਹੈ ਆਹ ਮੇਰਾ ਹੱਥ ਜਰਸੀ ਜੋ ਲਸਤਾ ਨਹੀਂ ਕਰਾਸ ਕਰਾਸ ਆਦਾ ਨੇ ਵਿੱਚ ਯਾਨੀ ਕਿ ਕਰਾਸ ਠੀਕ ਹੈ ਜੀ ਬਿਹਤਰ ਹੋ ਗਿਆ ਕਰਾਸ ਵੀ ਚੈੱਕ ਕਰਵਾਇਆ ਥਣ ਕੇ ਉਹ ਕਿੱਡਾ ਪਿਆਰਾ ਕਾਲਾ ਲੱਗਿਆ ਠੀਕ ਹੈ ਕਾਲਾ ਲੱਗਿਆ ਲਓ ਭਾਈ ਜਾਨ ਮਾਸ਼ਾਅੱਲਾ ਜੀ ਰਵੇਲ ਕਾਫੀ ਹੈ ਬਰੀਡ ਚ ਹੀ ਹੈ ਦੁੱਧ 6 ਤੋਂ ਉੱਤੇ ਹੋਏਗਾ 6 ਦੀ ਗਾਰੰਟੀ ਦਾਂਗੇ ਜੀ ਬਿਹਤਰ ਹੋ ਗਿਆ ਠੀਕ ਹੈ ਭਾਈ ਹਣਗੁਣ ਹੋਏਗਾ ਇਨਸ਼ਾਅੱਲਾ ਭਾਈ ਲੰਮੀ ਟੋਰ ਕੇ ਲੈ ਚਲੋ ਜੀ ਨੰਬਰ ਆ ਗਈ ਹੈ 2 ਤੇ ਦੁੱਧ ਹੈ 6 ਕਿਲੋ ਤੋਂ ਜ਼ਿਆਦਾ ਵੇ ਲੇਕਿਨ ਗਾਰੰਟੀ 6 ਕਿਲੋ ਦੀ ਹੈ ਜੀ ਭਾਈ ਮੋਸਨ ਵੈਡ ਨੰਬਰ 2 ਦਾ ਰੇਟ ਵੈੜੀ ਭਾਈ ਫਰਾਜ਼ ਸਾਹਿਬ ਕਿਸੇ ਭਰਾ ਨੂੰ ਚੰਗੀ ਲੱਗੇ 1,60,000 ਰੁਪਏ ਦੀ ਹਾਂ 1,60,000 ਬੱਚਾ ਵੀ ਨਾਲ ਬੱਚਾ ਨਾਲ ਦਾਦਾ ਰੇਟ ਦੇ ਨਹੀਂ ਜ਼ਿੰਦਾਬਾਦ ਬਿਹਤਰ ਹੋ ਗਿਆ ਉਹ ਭਰਾ ਹੈ ਭਾਈ ਫਰਾਜ਼ ਸਾਹਿਬ ਲੈ ਕੇ ਆਇਆ ਸ਼ਹਿਰੋਂ ਰੱਜ ਕੇ ਮਾਣੇ ਬੰਦੇ ਕੋ ਜਾਣਦੇ ਲੈ ਜਾਂਦੇ ਰੱਜ ਕੇ ਮਾਰੇ ਦੁੱਧ 5 ਕਿਲੋ ਲੈ ਕੇ ਆਇਆ ਦੋ ਜਾਂ ਪੈਰ ਮਾਰਿਆ 6 ਕਿਲੋ ਕਰ ਗਏ ਜੀ ਜ਼ਬਰਦਸਤ ਹੋ ਗਿਆ ਅੱਗੇ ਮਾਸ਼ਾਅੱਲਾ ਜੀ ਆ ਗਈ ਪੂਰੀ ਨਸਲੀ ਚੀਜ਼ ਹੈ ਭਾਈ ਲਿਆਇਆ ਉਹਨਾਂ ਦਾ ਭਾਈ ਫਰਾਜ਼ ਸਾਹਿਬ ਵੜੇ ਜਰਾ ਪੂਰੇ ਦਰਸ਼ਨ ਕਰ ਖਾਂਗੜੇ ਖਾਂਗੜ ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 3 ਤੇ ਪੂਰੀ ਨਸਲੀ ਖਾਂਗੜ ਵੈੜ ਰਵੇਲ ਦੋਸਤਾਂ ਵੇਖਣੀ ਮਾਸ਼ਾਅੱਲਾ ਜੀ ਪ੍ਰਿੰਟ ਚੈੱਕ ਕਰਨਾ ਹੈ ਜੀ ਭਾਈ ਮੁਸਲ ਭਾਈ ਫਰਾਜ਼ ਸਾਹਿਬ
ਚਾਰ ਪੰਜ ਖਾਂਗੜਾਂ ਨੇ। ਅੱਛਾ ਇਸੇ ਨੂੰ ਵੀ ਤੂੰ ਪੜਾ ਨਹੀਂ ਪਾਣਾ ਜੀ, ਬਿਹਤਰ ਹੋ ਗਿਆ। ਠੀਕ ਹੈ, ਥੱਲੇ ਬਹਿ ਕੇ ਹਾਂਜੀ ਚੋਲ ਆ ਚੱਕਰੋ ਮਾਸ਼ਾਅੱਲਾ ਜੀ। ਕਿਸੇ ਨੂੰ ਕਿਨਵਾਸ ਵਾਸ ਹੋਈ ਹੈ ਪਹਿਲਾਂ ਜੇ ਪਹਿਲਾਂ ਨੇ ਮਾਸ਼ਾਅੱਲਾ ਜੀ ਰਵੇਲ ਦੋਸਤਾਂ ਦੀ ਵੇਖਣੀ ਹੈ, ਬਲੈਕ ਪ੍ਰਿੰਟ ਹੈ, ਖੂਬਸੂਰਤੀ ਪੁੱਠਾ ਪਿੱਛੋਂ ਆ ਕੇ ਵਹਾਇਓ, ਪਲੀ ਕਿੰਨੀ ਹੈ ਵੈੜੀ ਦੇ ਭੱਠ ਵੇਖੋ ਮਾਸ਼ਾਅੱਲਾ। ਪੁੱਛ ਲੈ ਭਾਈ ਫਾਸ ਸਾਹਿਬ, ਦੇਖੋ ਗੋਡੇ ਧੁੱਤੇ ਹੋ ਗਏ। ਹਾਂਜੀ ਗੱਲ ਹੈ ਭਾਈ ਫਾਸ ਸਾਹਿਬ, ਪਹਿਲਾਂ ਗਾਵਾਂ ਨੂੰ ਪੁੱਛ ਲੈ ਹੁੰਦੀ ਗੋਡਾ ਧੁੱਤੇ ਨੇ, ਲੇਕਿਨ ਚੁੱਕਿਆ ਜਿਹੜੇ ਪਿੱਛੋਂ ਥੱਲੇ ਵਾਲ ਨਹੀਂ ਹੁੰਦੇ ਉਹ ਟੁੱਟ ਗਏ ਨੇ ਜਾਂ ਕੀ ਵੇਲਾ ਜਾ ਰਿਹਾ, ਦੇਖੋ ਕੋਈ ਜ਼ਖਮ ਨਹੀਂ, ਕੋਈ ਟੁੱਟਣ ਦਾ ਨਿਸ਼ਾਨ ਨਹੀਂ, ਕੋਈ ਚੀੜੀ ਛੀੜੀ ਨਹੀਂ, ਬਿਲਕੁਲ ਭਾਗ ਸਾਹਿਬ ਜੀ ਬਿਹਤਰ ਹੋ ਗਿਆ। ਹੈ ਹੀ ਹੈ ਕੁਛ ਅੱਜ ਕਹਿੰਦੇ ਹਜ਼ਾਰੀ ਯਾਰ, ਸੁਬਾਹ ਪਹਿਲਾਂ ਸੂਈ ਹੈ ਦੁੱਧ ਕਿੰਨਾ ਪੁੱਠਾ ਵੀ ਦੋਸਤਾਂ ਵੇਖਣਾ ਮਾਸ਼ਾਅੱਲਾ ਜੀ। ਰਵੇਲ ਵਹਾਓ ਵੈੜੀ ਜੀ, ਲੋ ਦੋਸਤਾਂ ਚੈੱਕ ਕਰੋ ਮਾਸ਼ਾਅੱਲਾ ਜੀ, ਭਾਈ ਫਰਾਤ ਸ਼ਰਾਫਤ ਵਹਾਓ, ਸ਼ਰਾਫਤ ਦੋਸਤਾਂ ਫਿਰ ਵੇਖਣੀ ਭਾਈ ਜ਼ਰਾ ਹੁਣ ਥਾਨ ਵਹਾਓ। ਐ ਚੈੱਕ ਕਰੋ ਮਾਸ਼ਾਅੱਲਾ ਜੀ, ਥਾਨ ਵੀ ਦੋਸਤਾਂ ਵੇਖਣੇ ਨੇ, ਨੰਬਰ ਆ ਗਈ ਹੈ ਤਿੰਨ ਤੇ ਖਾਂਗੜੇ ਥੋੜੀ ਹੈ ਸੁਬਾਹ ਪਹਿਲਾਂ ਮਾਸ਼ਾਅੱਲਾ ਜੀ। ਦੁੱਧ ਕਿੰਨਾ ਭਾਈ ਇਹਦੇ ਕੋਲ ਭਾਈ ਫਰਾਤ ਸਾਹਿਬ? ਚਾਰ ਸੈਰ ਕੁੱਤੇ ਹੀ ਹੋਏਗਾ ਬਸ, ਚਾਰ ਸੈਰ ਕਰ। ਠੀਕ ਹੈ ਭਾਈ, ਚਾਰ ਕਿਲੋ ਦੁੱਧ ਸ਼ਰਾਫਤ ਚੈੱਕ ਕਰਾ ਹੜੀ ਹੈ, ਨਾ ਟੀਕੇ ਦੀ ਜ਼ਰੂਰਤ ਹੈ ਨਾ ਪਾੜੇ ਦੀ, ਮੈਂ ਕਹਿੰਦਾ ਮੰਗੇ ਦੀ ਵੀ ਨਹੀਂ। ਚਲੋ ਕੀ ਨਸਲ ਹੈ ਉਹਨੇ ਆਪੀ ਫੋਨ ਰੱਖਣੇ ਖਾੜੀ ਛੱਡ ਛੱਡ ਜੀ ਬਿਹਤਰ ਹੋ ਗਿਆ ਮਾਸ਼ਾਅੱਲਾ ਜੀ। ਨੰਬਰ 3 ਤੇ ਆ ਗਈ, ਲੈ ਆਓ ਭਾਈ ਸ਼ਮਸ ਜੀ, ਭਾਈ ਮੋਸਨ ਅੱਲਾਹ ਤਾਲਾ ਨੇ ਹੈ ਨਾ ਕੀ ਹੈ ਬੜੀ ਤਿਆਰ ਹੋਏ 4.5 ਲੱਖ ਰੁਪਏ ਦੀ ਵੈਲੀ। ਠੀਕ ਹੈ, ਕੀ ਕੀਮਤ ਹੈ ਦੀ ਹੁਣ? ਉਹ ਹੁਣ ਕੀਮਤ ਹੈ ਦੀ ਬਿਲਕੁਲ ਮਕੂਲ ਨਾ ਹੋ ਗਿਆ, ਕਿਸੇ ਤਰ੍ਹਾਂ ਚੰਗੀ ਲੱਗੀ 1,65,000 ਰੁਪਏ ਦਾ। 1,65,000 ਭਾਈ ਫਰਾ ਸਾਹਿਬ, ਕਸਾਵਾ ਮੁੱਲ 1,65,000 ਬਣਦਾ ਜਿੱਦਾਂ ਤੁਹਾਨੂੰ ਪੁੱਛੇ ਜਿੱਡੀ ਭਲੀ ਜਿੱਡਾ ਚੋੜਾ ਪੁੱਠਾ ਹੈ ਜੀ। ਬਿਹਤਰ ਹੋ ਗਿਆ ਮਾਸ਼ਾਅੱਲਾ ਜੀ, ਕੀਮਤ ਡਿਮਾਂਡ 1.5। ਲੇਕਿਨ ਨਸਲੀ ਆਈਆਂ ਨੇ ਜੀ। ਸੁਬਹ 8 ਵਜੇ ਹੁਣ ਤੇ ਟਾਈਮ ਤਕਰੀਬਨ 5:16 ਸਵਾ 5 ਵਜੇ ਨੇ ਬਾਈ, ਇਹਦਾ ਚਿਹਰਾ ਸਾਹਮਣੇ ਕਰਿਓ, ਆਹ ਚੈੱਕ ਕਰੋ ਮਾਸ਼ਾਅੱਲਾ ਜੀ, ਚਿਹਰਾ ਵੀ ਦੋਸਤਾਂ ਵੇਖ ਲੈਣਾ, ਨੰਬਰ ਆ ਗਈ ਪ੍ਰਿੰਟ ਮਾਸ਼ਾਅੱਲਾ ਜੀ, ਕਾਲੇ ਥਾਨ ਖਾਂਗੜ ਸਾਹਿਬ, ਮਿਹਨਤ ਕਰਦਿਆਂ ਵੀ ਜਿਹੜਾ ਨਾ ਕੋਈ ਤਕਲੀਫ ਨਹੀਂ ਹੋਣੀ ਕਿਉਂਕਿ ਦੁੱਧ ਵੀ ਦੇ ਰਹੀਆਂ ਨੇ। ਕਿੰਨਵਾਂ ਸਵਾਸ ਹੋਈ ਹੈ ਪਹਿਲਾਂ ਨੇ ਮਾਸ਼ਾਅੱਲਾ ਜੀ, ਤੇ ਦੁੱਧ ਕਿੰਨਾ ਕੁ ਭਾਈ ਮੁਸਲਮਾਨ ਦੇ ਕੋਲ? 2 ਟਾਈਮਾਂ ਦਾ ਟੋਟਲ ਜਿਹੜਾ ਦੁੱਧ ਹੈ 4 ਕਿਲੋ ਵੇ, ਸੁਬਹ ਪਹਿਲਾਂ ਵੇ ਨੰਬਰ ਆ ਗਈ 4 ਤੇ ਮਾਸ਼ਾਅੱਲਾ ਜੀ, ਕੰਨ ਛੋਟੇ ਨੇ, ਪ੍ਰਿੰਟ ਜ਼ਬਰਦਸਤ ਹੈ, ਕਾਲੇ ਥਨ ਨੇ, ਤੇ ਚੁਆਈ ਕਿੰਜ ਭਾਈ ਮੁਸਨ ਦੀ? ਭਾਈ ਫਰਾਸ ਸਾਹਿਬ ਪਹਾੜੇ ਦੇ ਉਹੀ ਹਿਸਾਬ ਹੈ ਇਹਦਾ ਵੀ। ਠੀਕ ਹੈ, ਚੁਆਈ ਚੋਕਰ ਦਾ ਮੋਟਾ ਪਾਣੀ ਬੈਗ ਦੇ ਚੋਕ ਕ੍ਰਾਸ ਹੋਈ ਹੈ ਕਿਉਂਕਿ ਨਹੀਂ ਭਾਈ ਫਰਾਸ ਸਾਹਿਬ 20 ਦਿਨ ਦੱਸਦੇ ਆ, 20 ਦਿਨ ਹੋ ਗਏ ਨੇ ਪਿਛਲੇ ਮਾਲਕਾਂ ਦੇ ਮੁਤਾਬਕ ਕ੍ਰਾਸ ਹੋਈ ਹੈ ਅੱਗੂ ਦੋਸਤਾਂ ਦੀ ਕਿਸਮਤ ਹੈ ਇਹ ਵੜੀ ਮੇਰੇ ਕੋਲ ਜੀ। ਬਿਹਤਰ ਹੋ ਗਿਆ, ਟੋਰੇ ਭਾਈ ਜਾਨ ਸੁਬਾ ਚੁਆਈ ਪਹਾੜੇ ਦੀ ਕਰਕੇ ਲਿਆਂਦੀ ਪਹਾੜੇ ਤੇ ਪਹਾੜੇ ਕੀ ਨਸਲ ਹੈ ਭਾਈ ਮੁਸਨ ਦੀ? ਫਰੀਜ਼ੀਅਨ ਤੇ ਚੋਲਸਤਾਨੀ ਕ੍ਰਾਸ, ਫਰੀਜ਼ੀਅਨ ਤੇ ਚੋਲਸਤਾਨੀ ਕ੍ਰਾਸ ਹੈ, ਬੜਾ ਜ਼ਬਰਦਸਤ ਕ੍ਰਾਸ ਹੈ ਮਾਸ਼ਾਅੱਲਾ ਜੀ। ਦੁੱਧ 4 ਕਿਲੋ ਵੇ, ਸੁਬਹ ਪਹਿਲਾਂ ਵੇ, ਤੇ ਤਕਰੀਬਨ 20 ਦਿਨ ਹੋ ਗਏ ਨੇ ਕ੍ਰਾਸ ਹੀ ਹੋਈ ਹੈ, ਲੇਕਿਨ ਇਸ ਚੀਜ਼ ਦੀ ਗਰੰਟੀ ਨਹੀਂ। ਕ੍ਰਾਸ ਉਹ ਬੰਦਾ ਵੇ ਕਹਿੰਦਾ ਸੀ ਕਿ ਇਹਨੂੰ ਜੇ ਨਾ ਬਿਲਕੁਲ ਵੰਡਾ ਛੰਡਾ ਮੈਂ ਨਹੀਂ ਪਾਇਆ, ਜਦੋਂ ਝੋਨਾ ਪੱਠੇ ਪੱਠੇ ਦੇ ਝੋਨਾ। ਠੀਕ ਹੈ, ਪੱਠੇ ਚੰਗੇ ਭਾਨਾ ਤੇ ਵੰਡਾ ਮੈਂ ਨਹੀਂ ਪਾਉਂਦਾ। ਕੀ ਕੀਮਤ ਭਾਈ? ਭਾਈ ਫਰਾ ਸਾਹਿਬ, ਕਿਸੇ ਭਰਾ ਨੂੰ ਚੰਗੀ ਲੱਗੇ 1,70,000 ਦੀ ਟੋਕਰੇ ਕਰਾ ਰਹੀਆਂ, ਕੋਈ ਬੈਸ ਨਹੀਂ। 1,70,000 ਜੀ ਬਿਹਤਰ ਹੋ ਗਿਆ ਮਾਸ਼ਾਅੱਲਾ ਜੀ। ਨੰਬਰ 4 ਤੇ ਚੈੱਕ ਕਰਾਈਏ ਕੀਮਤ ਡਿਮਾਂਡ 1,70,000 ਅੱਗੇ ਭਾਈ ਲਿਆਓ ਜੀ। ਨੰਬਰ 5 ਅੱਗੇ ਆ ਗਈ ਮਾਸ਼ਾਅੱਲਾ ਜੀ, ਨੰਬਰ
ਪੰਜ ਤੇ ਆ ਗਈ ਹੈ ਲਿਆਓ ਬਾਈ ਜਾਨ ਛਿਆ ਮਹੀਨਿਆਂ ਦੀ ਕਨਫਰਮ ਗਬਨ ਠੀਕ ਹੈ ਦੁੱਧ ਵੀ ਹੈ ਰਵੇਲ ਕਾਫੀ ਮਾਸ਼ਾਅੱਲਾ ਜੀ ਕ੍ਰਾਸ ਬਰੀਡ ਹੈ ਦੁੱਧ 2 ਕਿਲੋ ਵੇ ਹੈ ਵੀ ਚੁੰਗੀ ਹੈ ਚਿਹਰਾ ਵੀ ਦੋਸਤਾਂ ਚੈੱਕ ਕਰਾ ਦਿੰਦੇ ਮਾਸ਼ਾਅੱਲਾ ਜੀ ਭਾਈ ਭਰਾ ਸਾਹਿਬ ਮੈਨੂੰ ਨਹੀਂ ਪਤਾ ਕੋਈ 4-5 ਸਾਲ ਜੋ ਹੋਏ ਗਏ ਹੋਣਗੇ ਹੋਗੇ ਨਾ ਜੀ ਅੱਜ ਤੱਕ ਤੁਸੀਂ ਮਾਨਿਗਰਾਨੀ ਗੱਲ ਕਰਨੇ ਤੁਹਾਨੂੰ ਮੈਂ ਆਖੋ ਇੱਕ ਮਿੰਟ ਲੀਡ ਕਰੋ ਮੈਨੂੰ ਗਲਤ ਕਮੈਂਟ ਆਇਆ ਨਹੀਂ ਕਿਹਾ ਕਿ ਦਫਾ ਮੈਂ ਤੁਹਾਨੂੰ ਕਿਹਾ ਨਹੀਂ ਕਿਹਾ ਬਾਈ ਅੱਜ ਤੱਕ ਮੇਰਾ ਲਾਮਾ ਆਇਆ ਹੋਏ ਨਹੀਂ ਆਇਆ ਜਿਹੜਾ ਇੱਕ ਅੱਧਾ ਆਇਆ ਅਗਲਾ ਬੰਦਾ ਤੁਹਾਡੇ ਥੱਲੇ ਝੂਠਾ ਪਿਆ ਸ਼ਹਿਰ ਕੋੜਾ ਰਾਜ ਬਿਮਾਰ ਗਾ ਉਹ ਬੱਜੀ ਉਹ ਇੱਥੇ ਬੱਜੀ ਉਹ ਤਾਂ ਕਸੂਰ ਕਿ ਬਾਅਦ ਚ ਮੈਂ ਰਾਬਤਾ ਕੀਤਾ ਤੇ ਮੇਰਾ ਫੋਨ ਵੀ ਨਹੀਂ ਚੁੱਕਿਆ ਨਹੀਂ ਚੁੱਕਿਆ ਜੇ ਅੱਤੀ ਮੇਰੇ ਨਾਲ ਹੋਈਆਂ ਮੈਂ ਤੁਹਾਡੀ ਗੱਲ ਫੇਰੀ ਮੰਨ ਲਈ ਅੱਜ ਤੱਕ ਮੇਰਾ ਕੋਈ ਲਾਮਾ ਤੇ ਨਹੀਂ ਆਇਆ ਮੇਰੀ ਕਿਸੇ ਵਾਰੀ ਦੇ ਥਣ ਦੇ ਵਿੱਚ ਐਬੀ ਨੈਬੀ ਵਾਧਾ ਘਾਟਾ ਗੰਢ ਮਰੋੜ ਛੱਟ ਮੁਕਸ ਹੋਏ ਜਾਨਵਰ ਗਿਆ ਵਾਪਸ ਲਾਂਗਾ ਤੇ ਆਉਣ ਜਾਣ ਦਾ ਕਰਾਇਆ ਦਾਂਗਾ ਪੂਰੀ ਦੁਨੀਆ ਸੁਣ ਜ਼ਿੰਦਾਬਾਦ ਸੁਖਵਾ ਵੈਸਟ ਤੋਂ ਦੋਨੋਂ ਭਾਈ ਆ ਨਹੀਂ ਮਾਸ਼ਾਅੱਲਾ ਜੀ ਅਸੀਂ ਅੱਲਾ ਦਾ ਸ਼ੁਕਰ ਹੈ ਤੁਹਾਡਾ ਕੰਮ ਸੋਹਣਾ ਮੁਤਮਿਨ ਅਸੀਂ ਵੀ ਨੰਬਰ ਆ ਗਈ ਹੈ ਜੀ ਪੰਜ ਤੇ ਦੁੱਧ 2 ਕਿਲੋ ਵੇ ਤੇ 6 ਮਹੀਨੇ ਦੀ ਕਨਫਰਮ ਗੱਬਣ ਹੈ ਹੁਣ 7ਵੇਂ ਮਹੀਨੇ 'ਚ ਲੱਗੀ ਹੈ 6ਵਾਂ ਕਹਿ ਲਓ ਕਿ ਆਹਰ ਚੱਲਦਾ ਠੀਕ ਇਹ ਨਹੀਂ ਕਿ 6ਵੇਂ ਮਹੀਨੇ ਦੇ ਕੁਛ ਦਿਨ ਬਾਅਦ ਕੁਛ ਦਿਨ ਬਾਅਦ ਜੀ ਬਿਹਤਰ ਹੋ ਗਿਆ ਤਕਰੀਬਨ 3 ਕੁ ਮਹੀਨਿਆਂ ਦੀ ਮਿਹਨਤ ਮਤਲਬ ਆਪਣਾ ਡਾਕਟਰ ਲਿਆਏ ਮਾਸਕ ਕਰਾਏ ਤਸੱਲਾ ਕਰੇ ਇੱਕ ਵਾਰੀ ਨਹੀਂ 2 ਵਜੇ ਆਪਣਾ ਡਾਕਟਰ ਲਿਆਏ ਖੁਦਾ ਕਰਕੇ ਠੀਕ ਹੈ ਚੈੱਕ ਅਪ ਨਹੀਂ ਕਰਾਈ ਜੀ ਜੀ ਆਪਣੇ ਚੈੱਕ ਕਰਵਾ ਕੇ ਫਿਰ ਕਰਾਏ ਜੀ ਬਿਹਤਰ ਹੋ ਗਿਆ ਮਾਸ਼ਾਅੱਲਾ ਜੀ ਸਭ 3 ਮਹੀਨੇ ਦੀ ਮਿਹਨਤ 3.5 ਲੱਖ ਦੀ ਗਾ ਇਨਸ਼ਾਅੱਲਾ ਬਾਈ ਇਹਦਾ ਚਿਹਰਾ ਸਾਹਮਣੇ ਕਰੇ ਰਵੇਲ ਕਾਫੀ ਹੈ ਕ੍ਰਾਸ ਬਰੀਡ ਹੈ ਸੁਬਾਹ ਹੁਣ ਕਿੰਨਵਾਂ ਸੂਈ ਦੂਸਰਾ ਸੂਈ ਕੀ ਜਾ ਗੁਸੂਨਾ ਕੰਨ ਛੋਟੇ ਨੇ ਸੁਬਾਹ ਦੂਸਰਾ ਸੂਈ ਹੈ ਅੱਗੂ ਸੁਬਾਹ ਤੀਸਰਾ ਸੋਣਾ ਮਾਸ਼ਾਅੱਲਾ ਜੀ ਠੀਕ ਹੈ ਤੇ ਚੁਆਈ ਕਿੰਜ ਦੀ ਬਾਈ ਭਰਾ ਸਾਹਿਬ ਇੱਕ ਟਾਈਮ ਜਾਂ 2 ਟਾਈਮ ਨਹੀਂ ਅਸੀਂ ਹੁਣ ਇੱਕ ਟਾਈਮ ਕਰ ਕੇ 2 ਟਾਈਮ ਕਰਦੇ ਹੁਣ ਇੱਕ ਟਾਈਮ ਕਰ ਜੀ ਬਿਹਤਰ ਹੋ ਗਿਆ ਠੀਕ ਹੈ ਬਾਈ ਲੈ ਚਲੋ ਤੁਰੋ ਬਾਈ ਸ਼ਮਸ ਗਾੜੀ ਦੀ ਜ਼ਰਾ ਦਰਵੇਲ ਦੇ ਪਿੱਛੇ ਪੁੱਠਾ ਆ ਗਿਆ ਮੈਂ ਚੈੱਕ ਕਰਾ ਦੇਣਾ ਮਾਸ਼ਾਅੱਲਾ ਜੀ ਥਾਣ ਵੀ ਦੋਸਤਾਂ ਵੇਖ ਲੈਣੇ ਨੇ ਪੁੱਠਾ ਵੀ ਚੈੱਕ ਕਰਨਾ ਬੜੀ ਨਸਲੀ ਚੀਜ਼ ਹੈ ਨੰਬਰ 5 ਤੇ ਚੈੱਕ ਕਰਾਈਏ ਦੁੱਧ 2 ਕਿਲੋ ਵੇ 6 ਮਹੀਨੇ ਦੀ ਕਨਫਰਮ ਗੱਬਣ ਹੈ ਮਜ਼ੀਦ ਜਿਹੜਾ ਦੋਸਤ ਇਹਨੂੰ ਪਸੰਦ ਕਰਦਾ ਸੌਦਾ ਹੁੰਦਾ ਆਪਣੇ ਡਾਕਟਰ ਕੋਲੋਂ ਪਾਸ ਕਰਵਾ ਕੇ ਤੇ ਲੈ ਕੇ ਜਾ ਕੇ ਤਕਰੀਬਨ ਮੈਂ 200 ਜਿਹੜੀ ਮੈਨੂੰ ਕਾਲ ਭਰਾਉਣ ਮੈਂ ਕਹਿ ਬੈਠਾ ਵੇਖ ਗਏ ਇਹਨਾਂ ਕੋਲ ਮਾਜ਼ਰਤ ਕਰਨਾ ਅਕਸਰ ਮੈਨੂੰ ਭਰਾਉਣਾ ਹੁਣ ਤੱਕ ਕਾਲਾਂ ਆਉਂਦੀਆਂ ਮੈਂ ਵੇਖ ਬਿਆਨਾ ਕਰਕੇ ਤੇ ਤੁਹਾਡੀਆਂ ਦੋਵੇਂ ਟਕਾਈਆਂ ਗਈ ਮੈਨੂੰ ਇਲਾ ਮੈਂ ਤੁਸੀਂ ਐਸੀ ਮੈਂ ਗਵਾ ਮੈਂ ਐਸੀ ਲੇਕਿਨ ਇਹ ਹੈ ਕਿ ਬਹਰਹਾਲ ਇਨਸ਼ਾਅੱਲਾ ਕੋ ਭਰਾ ਆਏਗਾ ਸਾਡੇ ਚੀਜ਼ ਭਾਈ ਫਰਾਜ਼ ਸਾਹਿਬ 19ਵੀਂ ਦੇ ਵੀ ਨੁਕਸ ਹੋਏ ਅਸੀਂ ਜ਼ਿੰਮੇਦਾਰ ਗਈ ਵਾਪਸ ਲਵਾਂਗੇ ਆਉਣ ਜਾਣ ਦਾ ਕਿਰਾਇਆ ਵੀ ਦੇਵਾਂਗੇ ਜੀ ਬਿਹਤਰ ਹੋ ਗਿਆ ਤੇ ਗੱਲ ਕੋਈ ਨਹੀਂ 1,80,000 ਦੀ ਵੱਢ ਦੇਣਾ 1,80,000 ਮਾਸ਼ਾਅੱਲਾ ਜੀ ਨੰਬਰ 5 ਤੇ ਚੈੱਕ ਕਰਾਈਏ ਕੀਮਤ 1,80 ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 6 ਤੇ ਆ ਗਈ ਹੈ ਇਹ ਸੂਈ ਹੈ ਜੀ ਇਹ ਚੈੱਕ ਕਰੋ ਖਿਲਾਰੇ ਭਾਈ ਸ਼ਮਸ ਹੱਥੇ ਹਾਈਟ ਵੇਖਣੀ ਹੈ ਰਵੇਲ ਚੈੱਕ ਕਰਨੀ ਹੈ ਵੱਡੀ ਜਸਾਮਤ ਮਾਸ਼ਾਅੱਲਾ ਜੀ ਖਾਣ ਵੀ ਸੋਹਣੇ ਲੱਗੇ ਨੇ ਇਹ ਵੀ ਮੋਨੀ ਹੈ ਚਿਹਰਾ ਵੀ ਦੋਸਤਾਂ ਵੇਖਣਾ ਭਾਈ ਚਿਹਰਾ ਦਾ ਸਾਹਮਣੇ ਕਰੋ ਸ਼ਮਸ ਸਾਹਿਬ ਇਹ ਚੈੱਕ ਕਰੋ ਮਾਸ਼ਾਅੱਲਾ ਜੀ ਮੂੰਹ ਦੀ ਚੌਕੀ ਜੀ ਅਜੇ 4 ਦੰਦ ਜੀ ਪਹਿਲੇ ਨੇ ਤੇ ਚੰਗੀ ਮਾਸ਼ਾਅੱਲਾ ਜੀ ਕੱਦ ਆਵਰ ਹਾਈਟ ਵਾਲੀ ਹੈ ਤੋਰੇ ਭਾਈ ਜਾਨ ਕਿਦੋਂ ਦੀ ਸੂਈ ਹੈ ਭਾਈ ਫਰਾਜ਼ ਸਾਹਿਬ ਨੂੰ ਸੋਇਆ ਕੋਈ 9-10 ਦਿਨ ਹੋ ਗਏ 10 ਕੁ ਦਿਨ ਹੋ ਗਏ ਨੇ 4 ਦੰਦ ਚੰਗੀ ਕਾਦਾਵਰ ਪਹਿਲਵਾਨ ਪਹਿਲਾਂ ਨੇ ਲਿਬਾਸ ਵੀ ਦੋਸਤਾਂ ਵੇਖ ਲੈਣਾ ਮਾਸ਼ਾਅੱਲਾ ਜੀ ਨੰਬਰ ਆ ਗਈ ਹੈ 6 ਤੇ ਖਿਲਾਰ ਭਾਈ ਦੁੱਧ ਕਿੰਨਾ ਕਿਹਦੇ ਕੋਲ ਭਾਈ ਫਰਾਜ਼ ਸਾਹਿਬ ਦੇ ਕੋਲ ਦੁੱਧ ਤਕਰੀਬਨ 11-12 ਤੁਸੀਂ 11 ਕਿਲੋ ਹੀ ਕਹਿ ਦਿਓ ਯਾਰ ਕੋਈ ਨਹੀਂ ਫਰਕ ਪੈ ਠੀਕ ਹੈ ਇਹ ਤਕਰੀਬਨ 12 ਕੁ ਕਿਲੋ ਵੇ 11 ਕਿਲੋ ਦੁੱਧ ਦੀ ਗਰੰਟੀ ਹੈ ਮਾਸ਼ਾਅੱਲਾ ਜੀ ਚਿਹਰਾ ਵੀ ਦੋਸਤਾਂ ਵੇਖਣਾ ਮੂੰਹ ਦੀ ਮਗਰ ਵੱਛਾ ਦੇ ਨਾੜੂ ਨਾਲ ਠੀਕ ਹੈ ਖਿਲਾਰ ਭਾਈ ਜ਼ਰਾ ਇਹ ਚੈੱਕ ਕਰ ਲਓ ਮਾਸ਼ਾਅੱਲਾ ਭਾਈ ਫਰਾਜ਼ ਸਾਹਿਬ ਚੋਣ ਵੇਖੋ ਠੀਕ ਹੈ ਜੀ ਬਿਹਤਰ ਹੋ ਗਿਆ ਨਸਲ ਹੀ ਚੰਗੀ ਮਾਸ਼ਾਅੱਲਾ ਜੀ ਚਿਹਰੇ ਦੀ ਬਰੀਕੀ ਵੀ ਚੈੱਕ ਕਰਨੀ ਹੈ
ਦੁੱਧ 12 ਕਿਲੋ 11 ਕਿਲੋ ਦੁੱਧ ਦੀ ਗਰੰਟੀ ਹੈ, ਖੂਬਸੂਰਤੀ ਵੇਖਣੀ ਹੈ, ਹੁਸਨ ਚੈੱਕ ਕਰਨਾ ਹੈ। ਸਭ ਤੋਂ ਵੱਡੀ ਗੱਲ ਹੈ ਕਿ ਪਹਿਲਾਂ ਨੇ ਮਾਸ਼ਾਅੱਲਾ ਜੀ ਚੋਗੀ ਹੈ, ਚਾਰ ਦੰਦ ਜੀ ਬਿਹਤਰ ਹੋ ਗਿਆ। ਕੀ ਨਸਲ ਹੈ ਭਾਈ? ਫਰੈਸ਼ ਫਰੀਜ਼ੀਆਂ ਨੇ ਬੱਚੇ ਜੀ, ਫਰੀਜ਼ੀਆਂ ਨੇ ਮਾਸ਼ਾਅੱਲਾ ਜੀ, ਅਮੈਰੀਕਨ ਫਰੀਜ਼ੀਆਂ। ਜਾ ਪਿੱਛੇ ਦੇ ਬੱਚਾ ਭਾਈ ਸ਼ਮਸ, ਜਾ ਵੀ ਚੈੱਕ ਕਰਾਉਣਾ, ਇਹ ਚੈੱਕ ਕਰੋ ਮਾਸ਼ਾਅੱਲਾ ਜੀ। ਬੱਚਾ ਵੀ ਦੋਸਤਾਂ ਵੇਖ ਲੈਣਾ। ਫਰਾਜ਼ ਸਾਹਿਬ ਇੱਥੇ ਕੋਈ ਭਰਾ ਆਏ, ਦੋ ਦਿਨ ਵਾਢੀ ਮੇਰੀ 'ਚ ਹੋਏ, ਦੋ ਦਿਨ ਯਾਨੀ ਕਿ ਚਾਰ ਟਾਈਮ ਜਿਹੜੀ ਮੈਂ ਗੱਲ ਕੀਤੀ ਉਹ ਪੂਰੀ ਹੋਏ ਤੇ ਖੜੇ ਨਾ ਹੋਏ ਤੇ ਨਾਲ ਬਿਆਨਾ ਡਬਲ ਵਾਪਸ ਦੇ ਦਿੱਤੇ ਜੀ। ਬਿਹਤਰ ਹੋ ਗਿਆ। ਕੀ ਕੀਮਤ ਭਾਈ? ਭਾਈ ਫਰਾਜ਼ ਸਾਹਿਬ ਕਿਸੇ ਭਰਾ ਨੂੰ ਚੰਗੀ ਲੱਗੇ 3,15,000 ਰੁਪਇਆ। 3,15,000 ਜ਼ਿਆਦਾ ਮੁੱਲ ਨਹੀਂ ਕੀਤਾ ਮੱਛੀ ਉਹ ਸੰਦਾ ਹੀ ਲਾਇਆ ਜੀ, ਸੰਦਾ ਮੁੱਲ ਨਹੀਂ ਤੇ ਘੱਟ ਪਤਾ ਉਮਰ ਵੀ ਖੇਡਣ ਦੀ ਖੇਡਣ ਮੱਲਣ ਦੀ ਕਹਿੰਦੇ ਖੇਡਣ ਮੱਲਣ ਆਹ ਚਾਰ ਦੰਦੇ ਹਲੇ ਜੀ। ਬਿਹਤਰ ਹੋ ਗਿਆ ਮਾਸ਼ਾਅੱਲਾ ਜੀ, ਟੋਟਲ 6 ਜਾਨਵਰ ਹਨ। ਮਜ਼ੀਦ ਕੋਈ ਦੋਸਤਾਂ ਵਾਸਤੇ ਪੇਗਾ? ਬਸ ਭਾਈ ਸਾਰੇ ਭਰਾ ਨੂੰ ਮਾਝੀ ਯਾਦ ਰੱਖਣ, ਜੋ ਕੋਈ ਭਾਈ ਫਰਾਜ਼ ਸਾਹਿਬ ਦੇਣ ਦੀ ਦਿਲ ਚਾਹੀਦਾ ਦੱਸ ਦਿੱਤਾ ਕੋਈ ਆ ਕੇ ਸਮਝਾਉਣ ਸੀ ਦੱਸੋ ਤਾਂ ਜੀ ਪੇਗਾਮ ਦੇਵੋ ਆ ਕੇ ਬੰਦੇ ਆਂਦੇ ਨੇ। ਆਜੋ ਆਜੋ ਮੰਜੀ ਦੀ ਜਾਨ ਛੱਡ ਛੋੜੋ, ਤੁਹਾਡੀ ਤੁਹਾਨੂੰ ਮੰਜੀ ਲੈ ਕੇ ਬਹਿ ਗਈ ਹੈ। ਆਓ ਭਾਈ ਸ਼ਮਸ, ਤੁਹਾਨੂੰ ਮੰਜੀ ਸ਼ੁਰੂ ਕੀਤੀ, ਕੀ ਵਜ੍ਹਾ? ਮੰਜੀ ਦੇ ਬਾਰੇ 'ਚ ਬੜੇ ਮਸ਼ਹੂਰ ਹੋਏ ਹੋ ਤੁਸੀਂ, ਚਲੋ ਬਾਅਦ 'ਚ ਦੱਸਿਓ, ਵੀਡੀਓ 'ਚ ਨਾ ਦੱਸਿਓ। ਘੰਟੀ ਦਾ ਜਿਹੜਾ ਬਟਨ ਨੂੰ ਵੀ ਦਬਾਣਾ ਵੀ ਕਹਿੰਦਾ, ਦਬਾਣਾ ਘੰਟੀਆਂ ਦੇ ਬਟਨ ਨੂੰ ਦਬਾਣਾ, ਲਾਈਕ ਵੀ ਕਰਨਾ ਤੇ ਸ਼ੇਅਰ ਵੀ ਕਰਨਾ ਜੀ। ਬਹੁਤ ਸ਼ੁਕਰੀਆ ਭਾਈ ਸ਼ਮਸ, ਉਮੀਦ ਕਰਨਾ ਦੋਸਤਾਂ ਨੂੰ ਵੀਡੀਓ ਪਸੰਦ ਆਈ ਹੋਏਗੀ। ਵੈਡ ਨੰਬਰ 6 ਚੈੱਕ ਕਰਾਈਏ, ਕੀਮਤ 3,15,000। ਲਿਬਾਸ ਦੋਸਤਾਂ ਫਿਰ ਵੇਖ ਲੈਣਾ, ਪਹਿਲਾਂ ਨੇ ਚੋਗੀ ਹੈ ਮਾਸ਼ਾਅੱਲਾ ਜੀ, ਫਰੀਜ਼ੀਆਂ ਨੇ, ਅਮੈਰੀਕਨ ਫਰੀਜ਼ੀਆਂ। ਇਜਾਜ਼ਤ ਚਾਹੁੰਦੇ ਹਾਂ, ਅੱਲਾਹ ਹਾਫਿਜ਼।